ਸੁਲਤਾਨਪੁਰ ਲੋਧੀ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਜਿੱਥੇ ਕਿ ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨ ਨਾਲ ਵਾਪਰਿਆ ਇੱਕ ਵੱਡਾ ਹਾਦਸਾ। ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨ ਦਾ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ ਤੇ ਨੌਜਵਾਨ ਟਰੈਕਟਰ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਵਿੱਚ ਟਰੈਕਟਰ ਕਿਵੇਂ ਪਲਟ ਗਿਆ। ਖੇਤਾਂ ਵਿੱਚ ਕੰਮ ਕਰ ਰਹੇ 19 ਸਾਲਾਂ ਦੇ ਨੌਜਵਾਨ ਦੀ ਟਰੈਕਟਰ ਹੇਠਾਂ ਆ ਕੇ ਮੌਤ ਹੋ ਜਾਂਦੀ ਹੈ। ਜਦੋਂ ਟਰੈਕਟਰ ਪਲਟਦਾ ਹੈ ਤਾਂ ਆਲੇ ਦੁਆਲੇ ਕੰਮ ਕਰ ਰਹੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਲਗਭਗ 20 ਮਿੰਟ ਲਗਾ ਕੇ ਨੌਜਵਾਨ ਨੂੰ ਟਰੈਕਟਰ ਦੇ ਹੇਠੋਂ ਕੱਢਿਆ ਜਾਂਦਾ ਹੈ, ਜਦ ਤੱਕ ਉਸਦੀ ਮੌਤ ਹੋ ਜਾਂਦੀ ਹੈ। ਸੁਲਤਾਨਪੁਰ ਲੋਧੀ ਜਸਕਰਨ ਸਿੰਘ ਵਜੋਂ ਨੌਜਵਾਨ ਦੀ ਪਹਿਚਾਣ ਹੋਈ, ਜਿਸ ਮਗਰੋਂ ਪਰਿਵਾਰ ਦਾ ਰੋ ਰੋ ਬੁਰਾ ਹਾਲ। ਦੱਸ ਦਈਏ ਕਿ ਜਸਕਰਨ ਜੀ ਦੇ ਪਿਤਾ ਇਸ ਦੁਨੀਆਂ ਤੇ ਨਹੀਂ ਹੈ ਤੇ ਉਹ ਆਪਣੀ ਮਾਂ ਤੇ ਭੈਣ ਦਾ ਇੱਕ ਲੋਤਾ ਸਹਾਰਾ ਸੀ, ਜਿਸ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ। ਮੇਰਾ ਨਾਂ ਜਗਜੀਤ ਸਿੰਘ ਆ, ਨਿਵਾਸੀ ਪਿੰਡ ਦਰੀਆਲ। ਅੱਜ ਬੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ। ਬੱਚਾ ਜਸਕਰਨ ਸਿੰਘ ਸਾਨੂੰ ਪਰਮਜੀਤ ਸਿੰਘ ਨਿਵਾਸੀ ਪਿੰਡ ਦਰੀਆਲ ਅਚਾਨਕ ਖੇਤਾਂ 'ਚ ਝੋਨਾ ਕੱਟ ਰਿਹਾ ਸੀਗਾ ਤੇ ਟਰੈਕਟਰ ਦੀ ਘਟਨਾ ਹੋਣ ਨਾਲ ਟਰੈਕਟਰ ਪਲਟ ਗਿਆ, ਜਿਸ ਕਰਕੇ ਉਹਦੀ ਥੱਲੇ ਪੀਣਾ ਦਿੱਤ ਹੋ ਗਈ ਆ। ਮੈਂ ਇਹ ਅਪੀਲ ਕਰਦਾ ਸਰਕਾਰ ਵੱਲੋਂ ਕੋਈ ਵੀ ਮਾਲੀ ਸਹਾਇਤਾ ਜਾਣੀ ਕਿ ਉਹਨੂੰ ਮਿਲਣੀ ਚਾਹੀਦੀ ਆ। ਉਹਦਾ ਜੋ ਕਿ ਬਾਪ ਆ ਉਹ ਵੀ 11-12 ਸਾਲ ਪਹਿਲਾਂ ਉਹਦੀ ਵੀ ਦਿੱਤ ਹੋ ਚੁੱਕੀ ਆ। ਪਰਿਵਾਰ ਨੂੰ ਹੁਣ ਇਸ ਟਾਈਮ ਕੋਈ ਨਹੀਂ ਸੋਚਦਾ, ਇਸ ਕਰਕੇ ਸਰਕਾਰ ਨੂੰ ਕੋਈ ਨਾ ਕੋਈ ਉਹਦੀ ਮਦਦ ਕਰਨੀ, ਮਾਲੀ ਕਰਨੀ ਚਾਹੀਦੀ ਆ। ਸਾਡੀ ਇਹ ਹੀ ਅਪੀਲ ਹੈ। ਉਮਰ ਉਹਦੀ ਹੈਗੀ ਸੀ 19 ਸਾਲ ਤੇ 1-2 ਮਹੀਨੇ ਸੀ ਸਰ, ਯਾਨੀ ਇੱਕ ਭਰਾ ਸੀ ਦਾ ਇਹਦਾ। ਉਹ ਵੀ ਅੱਜ ਰੱਬ ਨੂੰ ਪਿਆਰਾ ਹੋ ਗਿਆ ਵਾ ਬੜਾ। ਇਹ ਪਿੰਡ ਨੂੰ ਵੀ ਜਿਹੜੀ ਬਹੁਤ ਹੀ ਘਾਟਾ ਵਾ ਇਹਦਾ, ਬੱਚੇ ਦਾ ਜਿਹੜਾ ਹੈਗਾ ਵਾ ਬੜਾ ਨੇਕ ਬੱਚਾ ਸੀਦਾ। ਤੇ ਹੁਣ ਚਲੋ ਉਹਦਾ ਜੋ ਵੀ ਵਾਹਿਗੁਰੂ ਦਾ ਭਾਣਾ ਵਾ, ਸਭ ਨੂੰ ਮੰਨਣਾ ਪੈਣਾ ਵਾ। ਮੈਂ ਫਿਰ ਐਂਡ ਤੇ ਇਹ ਸਰਕਾਰ ਨੂੰ ਮਦਦ ਕਰਦਾ ਵਾ, ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।